ਨਹੀਂ ਤਾਂ ਹੁਣ ਆਲਮੋਸਟ ਵੱਜ ਚੁੱਕੇ ਆ 5। ਉਹ ਤੁਸੀਂ ਸਾਰੇ ਤਿਆਰ ਹੋ ਬਾਹਰ ਰਹਿਣ ਲਈ ਇੰਨੀ ਠੰਡ ਦੇ ਵਿੱਚ? ਤੇ ਮੇਨ ਗੱਲ ਇਹ ਹੈ ਕਿ ਇੰਨੀ ਜ਼ਿਆਦਾ ਠੰਡ ਆ ਨਾ ਇੱਥੇ, ਮਤਲਬ 2 ਮਿੰਟ ਵੀ ਬੰਦਾ ਮਤਲਬ ਇੱਥੇ ਖੜ ਦੇ ਬਿਨਾਂ ਉਹਦੀ ਕੁਲਫੀ ਜੰਮ ਜਾਵੇ। ਹੁਣ ਇੱਕ ਵਾਰੀ ਫਿਰ ਸਵਾਗਤ ਆ ਬੀਂਗ ਬਿਆਂ ਦੇ ਘਰ ਜਵਾਬ ਦੇ ਵਿੱਚ। ਅੱਜ ਦੇ ਵਲੌਗ ਵਿੱਚ ਆਪਣੇ ਕੋਲ ਸਾਰੇ ਯਾਰ ਬਲੀ ਇਕੱਠੇ ਹੋਏ ਹੋਏ ਆ, ਕਿਉਂਕਿ ਆਪਾਂ ਕਰਨ ਵਾਲੇ ਲਿਵਿੰਗ ਔਨ ਬਾਲਕੋਨੀ ਫੋਰ 24 ਆਰ। ਬਾਲਕੋਨੀ ਕਹਿ ਲਓ ਜਾਂ ਫਿਰ ਮੈਨੂੰ ਪਤਾ ਨਹੀਂ ਕੀ ਕਹਿੰਦਾ ਉਹਨੂੰ, ਮਤਲਬ ਅੰਗਰੇਜ਼ੀ 'ਚ ਨਹੀਂ ਪਤਾ, ਮਤਲਬ ਜਿਹੜੀ ਉਹ ਜਗ੍ਹਾ ਨਹੀਂ ਹੁੰਦੀ ਗੀ ਰੂਮ ਦੇ ਬਾਹਰ, ਮਤਲਬ ਬਾਲਕੋਨੀ ਗਮਲੇ ਜੇ ਪਏ ਹੁੰਦੇ ਆ, ਉੱਥੇ ਰਹਿਣਾ ਆਪਾਂ। ਅੱਜ ਆਪਣੇ ਨਾਲ ਕੌਣ ਕੌਣ ਆ ਪਹਿਲਾਂ ਆਪਾਂ ਉਹਦੇ ਨਾਲ ਮਿਲਾ ਦਿੰਦੇ ਹਾਂ। ਹਾਂਜੀ, ਤੁਹਾਡਾ ਆਪਣਾ ਖਾਸ ਬੁੱਟਰ ਤੇ ਤੁਹਾਡਾ ਖਾਸ ਅਮਨਦੀਪ ਸਿੰਘ, ਤੁਸੀਂ ਮੈਨੂੰ ਜਾਣਦੇ ਹੋ। ਇਹ ਬੰਦੇ ਨੂੰ ਨੀ ਕੋਈ ਜਾਣਦਾ, ਇਹਨੂੰ ਤਾਂ ਕੋਈ ਨੀ ਜਾਣਦਾ, ਬਸ ਇਹਨੇ 3 ਲੱਖ ਫੋਲੋਵਰ ਹੀ ਨੇ। ਤੇ ਸਭ ਤੋਂ ਪਹਿਲਾਂ ਆਪਾਂ ਸਾਰੀ ਸੈਟਿੰਗ ਕਰ ਲੈਂਦੇ ਹਾਂ, ਉਦੋਂ ਬਾਅਦ ਆਪਾਂ ਰਵਾਂਗੇ। ਪਹਿਲਾਂ ਕੋਈ ਖਾਣ ਪੀਣ ਨੂੰ ਲੈ ਕੇ ਆਈਏ ਯਾਰ, ਚਾਹ ਚੂ ਬਣਾ ਕੇ ਸਾਨੂੰ ਪਿਆਈ, ਚਾਹ ਪੱਤੀ ਲੈ, ਚਾਹ ਪੱਤੀ ਤੂੰ ਲਈ ਆਹ ਵਾਲੀ ਲਾਲ ਬੁਕੇ ਖਾਣ ਨੂੰ ਆਂਡੇ ਉਂਡੇ ਘਰੇ ਖਾਣੇ ਆ ਜਾਂ ਬ੍ਰੈਡ ਖਾਣੇ ਆ, ਉਹ ਹਰੀ ਚਟਨੀ ਲਾ ਚੈਲੇਂਜ ਕਰਨਾ ਯਾਰ, ਹੁਣ ਆਪਾਂ ਲੈਣਾ ਯਾਰ ਚੀਜ਼, ਕਿਉਂਕਿ ਆਪਾਂ ਕੁਛ ਨਾ ਕੁਛ ਬਣਾਵਾਂਗੇ ਉੱਥੇ ਰਾਤ ਨੂੰ, ਕਿਉਂਕਿ ਕੁਛ ਕਰਨ ਕਰਨ ਤਾਂ ਹੈ ਨਹੀਂ, ਤਾਂ ਉੱਥੇ ਮਤਲਬ ਉਹ ਤਾਂ ਔਖਾ ਹੋਣਾ ਆਪਾਂ ਨੂੰ ਰਹਿਣਾ, ਅਤੇ ਠੰਡ ਵਗੈਰਾ ਵੀ ਬਹੁਤ ਜ਼ਿਆਦਾ, ਤਾਂ ਆਪਾਂ ਕੁਛ ਇੱਦਾਂ ਦਾ ਕਰਾਂਗੇ ਜਿਹਦੇ ਨਾਲ ਮਤਲਬ ਟਾਈਮ ਪਾਸ ਹੋ ਜਾਵੇ ਵਧੀਆ। ਤੂੰ ਵੀ ਇੰਨੇ ਦਾ ਹੀ ਆ, ਤੇ ਸਮਾਨ ਆਪਾਂ ਸਾਰਾ ਲੈ ਆਏ ਹੋਏ ਹਾਂ, ਅਤੇ ਆਹ ਤੁਸੀਂ ਦੇਖ ਸਕਦੇ ਹੋ ਪੂਰਾ ਮਤਲਬ ਜੁੱਲ ਬਿਸਤਰਾ ਖਿਲਾਰਿਆ ਹੋਇਆ ਇੱਥੇ, ਕਿਉਂ ਕਿਉਂਕਿ ਇਹੀ ਸਭ ਚੀਜ਼ਾਂ ਤਾਂ ਆਪਾਂ ਮਤਲਬ ਬਾਹਰ ਵਿਛਾਉਣੀਆਂ ਨੇ। ਤਾਂ ਅਮਨ ਵੀਰੇ ਆ ਜਾਓ ਹੈਲਪ ਕਰਾਓ ਮੇਰੀ। ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਸਾਰੇ ਸੁੱਤੇ ਪਏ ਨੇ, ਅਤੇ ਹਨੇਰਾ ਇੰਨਾ ਲਿਟਲ ਲੁੱਟਰ ਜਗ੍ਹਾ। ਹਾਂ ਵੈਰੀ ਗੁੱਡ, ਤਾਂ ਚਾਨਣਾ ਹੋ ਚੁੱਕਿਆ, ਅਤੇ ਹੁਣ ਆਪਾਂ ਇੱਥੇ ਰੌਣਕਾਂ ਲਾਉਣੀਆਂ ਨੇ, ਅਤੇ ਸਾਰੀ ਮਢੀਰ ਜਿਹੜੀ ਹੈ ਨਾ ਸੁੱਤੀ ਪਈ ਆ, ਮਢੀਰ ਗਈ ਹੈ ਨਾ ਹੋਰੀ, ਮਤਲਬ ਗਵਾਂਢੀ ਆਂਢੀ ਗਵਾਂਢੀ ਮਢੀਰ ਗਈ ਹੈ ਨਾ। ਨਹੀਂ ਨਹੀਂ ਮਜ਼ਾਕ ਕਰਦਾ, ਅਤੇ ਮੇਨ ਗੱਲ ਇਹ ਹੈ ਕਿ ਇੰਨੀ ਜ਼ਿਆਦਾ ਠੰਡ ਆ ਨਾ ਇੱਥੇ, ਮਤਲਬ 2 ਮਿੰਟ ਵੀ ਬੰਦਾ ਮਤਲਬ ਇੱਥੇ ਖੜ ਜਾਵੇ ਬਿਨਾਂ ਉਹਦੀ ਕੁਲਫੀ ਜੰਮ ਜਾਵੇ, ਅਤੇ ਅਸੀਂ ਮਤਲਬ ਸਾਡੇ ਕੋਲ ਪਾਇਆ ਵੀ ਨਹੀਂ ਪਾਇਆ, ਇਹ ਕੰਮ ਹੁਣੇ ਸਟਾਰਟ ਹੋ ਗਏ, ਅਜੇ ਤਾਂ ਮੈਂ ਕੁਲਫੀ ਬਣਿਆ ਵੀ ਨਹੀਂ। ਅਤੇ ਸਾਰਿਆਂ ਨੂੰ ਆਪਾਂ ਇੱਥੇ ਰੱਖਾਂਗੇ, ਅਤੇ ਜਿਹੜਾ ਬੰਦਾ ਸਭ ਤੋਂ ਪਹਿਲਾਂ ਠੰਡ ਤੋਂ ਹਾਰ ਕੇ ਅੰਦਰ ਚਲਾ ਗਿਆ ਉਹ ਬੰਦਾ ਹਾਰ ਜੂਗਾ, ਅਤੇ ਜਿਹੜਾ ਬੰਦਾ ਐਂਡ ਤੱਕ ਰਿਹਾ ਉਹ ਬੰਦਾ ਜਿੱਤ ਜੂਗਾ, ਇਹ ਆਪਣੇ ਰੂਲ ਨੇ। ਇੰਨਾ ਕੀ ਆ ਆਪਣੇ ਕੋਲੇ ਥੱਲੇ ਵਿਛੋਰ ਵਾਲਾ ਸਿਸਟਮ, ਅਤੇ ਕਿਵੇਂ ਸਾਰੀ ਰਾਤ ਗੁਜ਼ਾਰਨੀ ਸਾਨੂੰ ਬਿਲਕੁਲ ਵੀ ਕੋਈ ਆਈਡੀਆ ਨਹੀਂ ਗਾ, ਤਾਂ ਵਲੋਗ ਨੂੰ ਪੂਰਾ ਦੇਖੀ ਜਾਇਓ। ਇਹ ਸਭ ਵਲੋਗ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆ, ਸਾਨੂੰ ਵੀ ਬਣਾਉਣ ਵੇਲੇ ਬਹੁਤ ਜ਼ਿਆਦਾ ਮਜ਼ਾ ਆਉਂਦਾ, ਤਾਂ ਕਰਕੇ ਪੂਰਾ ਦੇਖੀ ਜਾਇਓ ਵਲੋਗ ਨੂੰ, ਕਿਉਂਕਿ ਇੰਟਰਸਟਿੰਗ ਬਹੁਤ ਜ਼ਿਆਦਾ ਹੋਣ ਵਾਲਾ, ਕਿਉਂਕਿ ਆਪਣੇ ਨਾਲ ਅੱਜ ਬਹੁਤ ਵਧੀਆ ਵਧੀਆ ਬੰਦੇ ਨੇ ਸਾਰੇ, ਅਤੇ ਕਰਨਾ ਕੀ ਆ ਕੀ ਨਹੀਂ ਉਹ ਸਾਨੂੰ ਕੁਛ ਵੀ ਨਹੀਂ ਪਤਾ, ਆਪਾਂ ਟਰਾਈ ਕਰਾਂਗੇ ਕਿ ਮਤਲਬ ਬੋਰ ਨਾ ਹੋਈਏ 1 ਸੈਕਿੰਡ ਵੀ। ਵਾਹ ਜੀ ਵਾਹ, ਮੰਮੀ ਛੁੱਟੀ ਮਾਰ ਲੈਣ ਦੋ ਵਿਚਾਰੇ ਨੂੰ, ਵਿਚਾਰੇ ਨੇ ਵੀਡੀਓ ਬਣਾਈ ਸੀ, ਇਹ ਕੋਈ ਬਹਾਨਾ ਵਾ, ਚੱਲ ਸਕੂਲੇ। ਨਿੱਕੇ ਹੁੰਦੇ ਨਾ ਘਰਦਿਆਂ ਨੇ ਇੰਨਾ ਕੁੱਟ ਕੁੱਟ ਕੇ ਮੈਨੂੰ ਮਤਲਬ ਸਕੂਲੇ ਭਜਾਇਆ ਨਾ, ਮਤਲਬ ਇੰਨਾ ਜ਼ਿਆਦਾ ਕੁੱਟਦੇ ਸੀ ਨਿੱਕੀ ਜਿਹੀ ਗੱਲ ਤੇ, ਏਦਾਂ ਸਮਝ ਲਓ ਕਿੱਥੋਂ ਫੜਿਆ ਹੋਣਾ। ਮਜ਼ਾਕ ਨਹੀਂ ਕਰਦਾ ਮਨ ਕੇ, ਚਲੋ ਜੇ ਮੇਰਾ ਦਿਲ ਨਹੀਂ ਕਰਦਾ ਸਕੂਲ ਜਾਣ ਦਾ, ਤਾਂ ਕਦੇ ਵੀ ਏਦਾਂ ਨਹੀਂ ਹੋਇਆ ਕਿ ਮੈਂ ਨਹੀਂ ਗਿਆ, ਹਮੇਸ਼ਾ ਗਿਆ ਹੀ ਆ। ਫਿਰ ਮੈਂ ਸੋਚਿਆ ਕਿ ਮੈਂ ਟਿਊਸ਼ਨ ਤੋਂ ਛੁੱਟੀ ਮਾਰੂੰਗਾ, ਟਿਊਸ਼ਨ ਤੋਂ ਛੁੱਟੀ ਮਾਰਨੀ ਇੰਡੀਆ ਦਾ ਔਖੀ ਸੀ, ਫਿਰ ਮੈਂ ਬਾਥਰੂਮ ਵਿੱਚ ਲੁਕਿਆ, ਬਾਥਰੂਮ ਵਿੱਚ ਥੋੜ 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 ਸਾਡੇ ਕੁੰਡੇ ਖੜਕਾ ਖੜਕਾ ਕੇ ਮੈਨੂੰ ਬਾਹਰ ਕੱਢ ਕੇ ਫਿਰ ਮੈਂ ਟਿਊਸ਼ਨ ਛੱਡ ਆਏ। ਉਹ ਸਾਰੇ ਆਰਾਮ ਨਾਲ ਗੱਲਾਂ ਮਾਰ ਰਹੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਆ ਕੇ ਕੀ ਹਾਲ ਹੋਣਾ ਇਹਨਾਂ ਦਾ। ਉਹ ਤੁਸੀਂ ਸਾਰੇ ਤਿਆਰ ਹੋ ਬਾਹਰ ਰਹਿਣ ਲਈ ਇੰਨੀ ਠੰਡ ਦੇ ਵਿੱਚ? ਨਹੀਂ ਫਿਰ ਦੇਖਾਂਗੇ, ਜਿਹੜਾ ਜਿੱਤਿਆ ਆਪਾਂ ਉਹਨੂੰ ਪ੍ਰਾਈਜ਼ ਮਨੀ ਦੇਵਾਂਗੇ, ਪੇ ਕਰਾਂਗੇ। ਇਹ ਸਾਰੀ ਮਨੀ ਮਿਲਦੀ ਹੈ ਜਿਹੜਾ ਵੀ ਜਿੱਤਿਆ, ਠੀਕ ਹੈ। ਤਾਂ ਕਰਕੇ ਹੁਣ ਫਟਾਫਟ ਬਾਹਰ ਆ ਜਾਓ, ਇੱਧਰ ਬੈੱਡ ਲੱਗ ਚੁੱਕਿਆ ਸਾਰਿਆਂ ਦਾ, ਉਹ ਆਹ ਤਾਂ ਬਣ ਗਿਆ, ਤੇ ਇੱਧਰ ਇੱਥੇ ਬਈਆਂ ਦਾ ਕੰਮ ਕੀਤਾ ਇਹਦਾ ਕੀ ਚੱਕਰ।
मतलब बचाने पैने रोला रोला घट ही पाना पैना बालक रोड़िया का ढेर दसदा मैं कि बीती हां बालकोनी रोड़िया का ढेर दसदा हकी बीती ताश वगैरा खेडा गे सारा कुछ करा गे सारा कुछ नहीं सारा कुछ नहीं बाल गुंडी ਉਸ ਤੋਂ ਬਾਅਦ ਆਪਣੇ ਕੋਲ ਅਨੀਅਨ ਕੰਡੀਸ਼ਨਰ ਵਿਦ ਦੀ ਗੁੱਡਨੈਸ ਆਫ ਅਨੀਅਨ ਐਂਡ ਕੋਕੋਨਟ ਜੋ ਕਿ ਆਪਣੇ ਹੇਅਰ ਨੂੰ ਸੌਫਟ ਕਰਦਾ ਤੇ ਮੇਰੇ ਘਰ ਦੇ ਵੀ ਯੂਜ਼ ਕਰਦੇ ਆ ਤੇ ਲਾਉਣ ਤੋਂ ਬਾਅਦ ਬਹੁਤ ਜ਼ਿਆਦਾ ਵਧੀਆ ਲੱਗਦਾ ਸੀਰੀਅਸਲੀ ਸਿਰਫ ਦੋ ਸਟੈਪ ਨਾਲ ਤੁਸੀਂ ਆਪਣੇ ਹੇਅਰ ਨੂੰ ਪੂਰਾ ਦਿਨ ਵਧੀਆ ਰੱਖ ਸਕਦੇ ਹੋ ਸ਼ੈਂਪੂ ਨੂੰ ਤੁਸੀਂ ਕੋਇਨ ਸਾਈਜ਼ ਆਪਣੇ ਹੱਥ 'ਤੇ ਲੈਣਾ ਤੇ ਫਿੰਗਰ ਟਿਪਸ ਨਾਲ ਆਪਣੇ ਤੁਸੀਂ ਮਸਾਜ ਕਰਨੀ ਆ ਬੀਗਿਨਰ ਬਣ ਗਿਆ ਮੈਂ ਅਪਲਾਈ ਤਾਂ ਕਰਕੇ ਨਹੀਂ ਦਿਖਾ ਸਕਦਾ ਬਟ ਇਹਦੇ ਵਿੱਚ ਗਾਈਸ 20% ਮੋਰ ਫੋਮ ਆ ਤੇ ਬਿਲਕੁਲ ਵੀ ਸਮੈਲ ਨਹੀਂ ਆਉਂਦੀ ਉਹਦੇ ਵਿੱਚੋਂ ਉਸ ਤੋਂ ਬਾਅਦ ਤੁਸੀਂ ਕੰਡੀਸ਼ਨਰ ਨੂੰ ਅਪਲਾਈ ਕਰ ਲੈਣਾ ਫੋਰ ਬੈਟਰ ਰਿਜ਼ਲਟ ਜੇ ਤੁਸੀਂ ਕੋਈ ਵੀ ਮਾਮਾ ਦਾ ਪ੍ਰੋਡਕਟ ਖਰੀਦਦੇ ਹੋ ਤਾਂ ਇਹ ਤੁਹਾਡੇ ਪ੍ਰੋਡਕਟ ਨੂੰ ਲਿੰਕ ਕਰਦੇ ਇੱਕ ਟ੍ਰੀ ਨਾਲ ਤੇ 2025 ਤੱਕ ਇਹਨਾਂ ਦਾ 1 ਮਿਲੀਅਨ ਟ੍ਰੀ ਲਗਾਉਣ ਦਾ ਟਾਰਗੇਟ ਆ ਤੁਸੀਂ ਹੁਣੇ ਜਾ ਕੇ ਬਾਈ ਕਰ ਸਕਦੇ ਹੋ ਲਿੰਕ ਇਨ ਡਿਸਕ੍ਰਿਪਸ਼ਨ ਬਾਕਸ Amazon Nykaa ਤੇ Flipkart ਤੋਂ ਵੀ ਬਾਈ ਕਰ ਸਕਦੇ ਹੋ ਤੇ ਮੇਰਾ ਕੂਪਨ ਕੋਡ ਹਰਸ਼2022 ਯੂਜ਼ ਕਰਨ ਤੇ ਤੁਹਾਨੂੰ ਮਿਲ ਜੂਗਾ 20% ਡਿਸਕਾਊਂਟ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਤੁਸੀਂ ਹੁਣ ਮਾਮਾ ਦੇ ਪ੍ਰੋਡਕਟ ਆਪਣੇ ਨੀਅਰ ਸਟੋਰ ਤੋਂ ਵੀ ਖਰੀਦ ਸਕਦੇ ਹੋ ਚਲੋ ਹੁਣ ਆਪਾਂ ਵੀਡੀਓ ਦੀ ਹੋਰ ਵੱਧਦੇ ਹਾਂ ਯਾਰ ਰਾਤ ਦੇ ਵੱਜ ਚੁੱਕਿਆ 11 ਆਪਾਂ ਹੁਣ ਚੈਲੰਜ ਸਟਾਰਟ ਕਰ ਰਹੇ ਆ ਪੂਰੇ 24 ਘੰਟੇ ਦਾ ਚਲੋ ਆਪਾਂ ਨਹੀਂ ਰਵਾਂਗੇ ਜਿੰਨਾ ਕੁ ਟਾਈਮ ਵੀ ਆਪਣਾ ਰਹਿ ਜਾਊਗਾ ਆਪਣੇ ਤੋਂ ਉਹਨਾਂ ਟਾਈਮ ਰਵਾਂਗੇ ਤੇ ਜਿਹੜਾ ਬੰਦਾ ਐਂਡ ਤੱਕ ਰਹੂਗਾ ਫਿਰ ਭਾਵੇਂ 24 ਘੰਟੇ ਹੋ ਜਾਣ ਉਹੀ ਬੰਦਾ ਜਿੱਤੂਗਾ ਠੀਕ ਆ ਇਹ ਰੂਲ ਆ ਰੂਲ ਇਜ਼ ਰੂਲ ਤਾਂ ਦੇਖੀ ਚੱਲੋ ਵਲੌਗ ਬਰੇ ਸਵੇਰੇ ਹੈਗਾ ਮੇਰਾ ਜਨਮਦਿਨ ਉਹ ਹਾਂ ਜਨਮਦਿਨ ਦਾ ਹੋਇਆ ਨਹੀਂ ਹੋਇਆ ਨਹੀਂ ਟਾਈਮ ਦੇਖੀ 9 ਮਿੰਟ ਰਹਿ ਗਏ ਸ਼ੁਕਰ ਮੈਂ 9 ਮਿੰਟ ਰਹਿ ਗਏ ਮੇਰੇ ਬਰਥਡੇ ਦੀ ਗਾਈ ਜਨਮਦਿਨ ਦੀ ਪਾਰਟੀ ਹੋ ਰਹੀ ਆ ਦੇਖੋ 20-20 ਰੁਪਏ ਦੀ ਪਾਰਟੀ ਸਾਡੇ ਆ ਕੇ ਦੱਸਿਆ ਮੇਰਾ ਬਰਥਡੇ ਭੇੜ ਦੇ ਚੁਪੇ ਆ ਦੇਖੋ ਗਾਈ ਆ ਬੁੱਟਰਾ ਆਪਣਾ ਤੂੰ ਪਹਿਲਾਂ ਦੱਸ ਦਿਖਾ ਨਾ ਇੱਧਰ ਆ ਚੁਪੇੜ ਤੇ ਚੁਪੇੜ ਬੁੱਟਰਾ ਕਹਿੰਦੇ ਪਹਿਲਾਂ ਮੈਚ ਕਰਾਈਆਂ ਉਦੋਂ ਬਾਅਦ ਇਹਨੇ ਦੇਖੋ ਉਹ ਮਰ ਜਾ ਉਹ ਕੱਟ ਜਸ ਕਹਿੰਦੇ ਤੇ ਨੱਕ ਡਬੋ ਕੇ ਮਰ ਜਾ ਪੱਤੇ ਦੇਖੋ ਬੁੱਟਰਾ ਕੋ ਕਹਿੰਦੇ ਕਹਿੰਦੇ ਤੇ ਨੱਕ ਡਬੋ ਕੇ ਮਰ ਜਾ ਬੋਰਨਵੀਟਾ ਖਾਣ ਵਾਲੇ ਬੋਰਨਵੀਟਾ ਖਾ ਕੇ ਵੀ ਨਹੀਂ ਗੱਲ ਬਣੀ ਚਮਚਿਆਂ ਨਾਲ ਬੋਰਨਵੀਟਾ ਖਾ ਕੇ ਦਿਮਾਗ ਨਹੀਂ ਵੱਧ ਚੱਟੀ ਜਾਂਦਾ ਬੋਰਨਵੀਟਾ ਖਾ ਕੇ ਦਿਮਾਗ ਨਹੀਂ ਵੱਧ ਤੇ ਚਪੇੜ ਤੇ ਚਪੇੜ ਨੱਕ ਤੇ ਚਪੇੜ ਤੇ ਓਏ ਓਏ ਛੱਡ 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 ਹੈ ਨਹੀਂ ਛੱਡ ਛੱਡ ਦੇ ਬੇਫਿਕਰ ਹੋ ਕੇ ਬਸ ਪਕੜਾ ਪੁੱਤੇ ਉਹ ਉਹ ਇਧਰ ਦੇਖ ਲੋ ਰਾਤ ਦੇ 12 ਵਜੇ ਨੂੰ ਆ ਗਏ ਤੇ ਇਧਰ ਦੇਖੋ ਸਾਰੇ ਸੁੱਤੇ ਪਿਆ ਤੇ ਇਧਰ ਆ ਕੀ ਕਰੀ ਜਾਂਦੇ ਆ ਸਾਡੇ ਭਰਾ ਦਾ ਬਰਥਡੇ ਆ ਗਿਆ ਤੇ ਤਾਸ਼ ਪੀ ਜਾਂਦੇ ਸਾਰੇ ਭੁੱਲ ਗਏ ਮੈਂ ਕਿਹਾ ਵਿਸ਼ਵੁਸ਼ ਕਰਦਾ ਹੋਇਆ ਉਹਨੂੰ ਭਾਬੀ ਬਣਾਉਣ ਤੇ ਲੱਗੇ ਪਈ ਸਾਰੇ ਭਰਾ ਕਹਿੰਦੇ ਪੱਤੇ ਖਿੱਚੀ ਜਾਂਦੇ ਆ ਹੁਣ ਸਾਨੂੰ ਕੋਲ ਗੁੱਟ ਖੇਡਦੇ ਖੇਡੇ 2:30 ਵੱਜ ਚੁੱਕੇ ਆ ਸਾਨੂੰ ਗਾਲਾਂ ਵੀ ਪੈ ਚੁੱਕੀਆਂ ਬੰਦੇ ਚੋਂ ਸਾਰਿਆਂ ਨੇ ਆ ਕੇ ਕਹਿਤਾ ਵੀ ਹੌਲੀ ਬੋਲੋ ਔਰ ਰਿਕਾਰਡ ਨਹੀਂ ਕਰ ਪਰ ਰਿਕਾਰਡ ਕਰਨਾ ਹੈ ਰਿਕਾਰਡ ਕਰਨਾ ਜੀ ਨਾ ਚੱਲਦਾ ਸੱਟ ਤੇ ਜਾਂਦਾ ਗਾਇਜ਼ ਰਫਤਾਰ ਰਾਏ ਨੂੰ ਸਾਰੇ ਪਤੇ ਯਾਦ ਰਹਿੰਦੇ ਆ ਰਫਤਾਰ ਰਾਏ ਨੂੰ ਸਾਰੇ ਪਤੇ ਬਈ ਤਾਂ ਹੀ ਤਾਂ ਸਕ੍ਰਿਪਟ ਯਾਦ ਰੱਖਦਾ ਇੰਨੀ ਜਿਹੜੀ ਬੋਲਦਾ ਲਗਾਤਾਰ ਬਿਨਾਂ ਕੱਟ ਤੋਂ ਹੁਣ ਪਤਾ ਲੱਗਿਆ ਕਿਵੇਂ ਯਾਦ ਰਹਿੰਦੇ ਆ ਐਟ ਦਾ ਵੀ ਉਹਦੇ ਕੋਲ ਹੈਗਾ ਤੇ ਮੰਡੀਰ ਨੂੰ ਪਤਾ ਨਹੀਂ ਅੱਜ ਕੀ ਹੋਇਆ ਸਾਰੇ ਪੱਤੇ ਹੀ ਖੇਡੀ ਜਾਂਦੇ ਕੋਈ ਬੋਰ ਨਹੀਂ ਹੋਇਆ ਹਜੇ ਤੱਕ ਬਿਲਕੁਲ ਵੀ ਨੂੰ ਜ਼ੁਕਾਮ ਹੋ ਚੁੱਕਿਆ ਕੰਗ੍ਰੈਚੁਲੇਸ਼ਨਸ ਤੇ ਬੜਾ ਜ਼ਿਆਦਾ ਹੋ ਚੁੱਕਿਆ ਮਤਲਬ ਘੱਟੋ ਘੱਟ ਤਾਂ ਮੈਂ ਕਿੰਨੀਆਂ ਛਿੱਕਾਂ ਮਾਰਤੀਆਂ ਹੋਣੀਆਂ ਨਾ ਯਾਰ ਆ ਇੱਕ ਹੁਣ ਫਿਰ ਆ ਰਹੀ ਹੈ ਬਸ ਚਾਹ ਵਾਪਸ ਵਾਪਸ ਆ ਗਈ ਫਿਰ ਆ ਗਈ ਤੇ ਫਿਰ ਨਹੀਂ ਗਈ 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 ਪੱਤੇ ਪੱਤੇ ਬਣਤੇ
ਬਸ ਠੀਕ ਹੈ ਤਾਂ ਮੈਂ ਮਤਲਬ ਉਹ ਵੀ ਨਹੀਂ ਲੈ ਕੇ ਆਇਆ ਰੁਮਾਲ ਰਮੂਲ ਤਾਂ ਕਰਕੇ ਫਿਰ ਸਾਢੇ ਚਾਰ ਹੋ ਗਏ ਤੇ ਲੜੀ ਵੀ ਜਾਂਦੇ ਆ ਹਜੇ ਕੀ ਕਰਨਾ ਸਕੂਲ ਨੀ ਆਉਣਾ ਸਵੇਰੇ ਜਾਣਾ ਤੂੰ ਪੱਗ ਤੁਹਾਡੇ ਕਰਕੇ ਬੰਨੀ ਬੈਠਾ ਮੈਂ ਚੈਲੰਜ ਕੰਪਲੀਟ ਮੈਂ ਕਿਹਾ ਜਿੰਨਾ ਚਿਰ ਹੁੰਦਾ ਨੀ ਮੈਂ ਨੀ ਲਾਉਣੀ ਭਰਾ ਬਹੁਤ ਜ਼ੋਰ ਦੀ ਉਹ ਸੂ ਸੂ ਦੀ ਗੱਲ ਮੈਂ ਪੰਪ ਮਾਰਿਆ ਵੀ ਕਿਸ ਤਰੀਕੇ ਨਾਲ ਤੂੰ ਕਹਿੰਦਾ ਜਾਵੜਾ ਤੋੜ ਦੇ ਅਮਨ ਸਵੇਰੇ ਜਾਣਾ ਠੀਕ ਹੈ ਚੰਡੀਗੜ੍ਹ ਜਿਹੜੀ ਗੱਲ ਤੁਹਾਨੂੰ ਪਤਾ ਹਨਾ ਸਾਰਾ ਕੁਝ ਤੇ ਵੀਰ ਬਣ ਕੇ ਆਏ ਨਾ ਕਰਿਆ ਕਰੋ ਯਾਰ ਇੱਕ ਕੰਬਲ ਵੀ ਜਾਂ ਮੈਨੂੰ ਕੰਬਲ ਦਿਆ ਦੋ ਕੋਈ ਵੀ ਜਾਣਾ ਜਾ ਕੇ ਕੰਬਲ ਲੈ ਲਾ ਜਵਾਕ ਵਾਲੀਆਂ ਗੱਲਾਂ ਨੀ ਕਰੀਆਂ ਅਮਨ ਸਾਢੇ ਚਾਰ ਸੌਣ ਲੱਗਾ ਸੀ ਸਕੂਲ ਨੀ ਜਾਣਾ ਹੁਣ ਸਵੇਰੇ ਜਾਣਾ ਸਕੂਲ ਛੋਟਾ ਭਾਈ ਕੰਬਲ ਪੁੱਤ ਕੰਬਲ ਕੰਬਲ ਸਰਾਣੇ ਪਹਿਲਾਂ ਸਰਾਣੇ ਫੜਾ ਦੇ ਸਰਾਣੇ ਫੜਾ ਦੇ ਕੰਬਲ ਹੈਗਾ ਸਾਡੇ ਕੋਲ ਬਾਬਾ ਜੀ ਸਵੇਰੇ ਕਿਉਂ ਨਾ ਜਾਊਗਾ ਇਹਨੇ ਆਪਦੀ ਸਹੇਲੀ ਨੂੰ ਟਾਈਮ ਦਿੱਤਾ ਹੋਇਆ ਉਹ ਤਾਂ ਬੈਠਾ ਮੂੰਹ ਚਾ ਕੇ ਪਹਿਲਾਂ ਨੀ ਯਾਦ ਆਇਆ ਤੈਨੂੰ ਵੀ ਤੂੰ ਜਾਣਾ ਮੇਰਾ ਭਾਈ ਕਿੰਨਾ ਸਿਆਣਾ ਦੇਖ ਲਾ ਤੂੰ ਤੂੰ ਵੀ ਜਾ ਬੜਾ ਅੰਦਰੋਂ ਫੋਨ ਚੱਕ ਲਿਆ ਆਪਦਾ ਅੰਦਰੋਂ ਫੋਨ ਚੱਕ ਲਿਆ ਇਹ ਬੰਦੇ ਨੇ ਆਪਦਾ ਫੋਨ ਚਾਰਜ ਲਾਇਆ ਹੋਇਆ ਪਤੰਦਰ ਚਲਾਉਂਦਾ ਹੀ ਨੀ ਪਿਆ ਹੈਗਾ ਹੁਣ ਤਾਂ ਹੋ ਗਿਆ ਉਹ ਆ ਚੱਲਿਆ ਜਾ ਚਾਰਜ ਹੋ ਗਿਆ ਟੁੱਟ ਗਿਆ ਹਾਂ ਤੂੰ ਚੱਲਿਆ ਚੱਲ ਜੀ ਟੁੱਟ ਗਿਆ ਟੁੱਟ ਗਿਆ ਬਾਈ ਜੀ ਟੁੱਟ ਗਿਆ ਟੁੱਟਿਆ ਹੀ ਯਾਰ ਦੱਸ ਕੀ ਗੱਲਾਂ ਕਰੀ ਜਾਂਦਾ ਪਾਗਲਾ ਚੈਲੰਜ ਇਹ ਸੀ ਜਿਹੜਾ ਐਂਡ ਤੱਕ ਰਹੂਗਾ ਉਹ ਜਿੱਤ ਗਿਆ ਉਹਦਾ ਟੁੱਟਿਆ ਤੂੰ ਕਿਉਂ ਚਲਾ ਗਿਆ ਮੂੰਹ ਚੱਕ ਕੇ ਓਏ ਉਹਨੂੰ ਪਤਾ ਕੀ ਲੱਗਿਆ ਵੀ ਉਹਨੇ ਤੋੜਤਾ ਤਾਂ ਸਾਰਿਆਂ ਨੇ ਤੋੜਤਾ ਚੱਲ ਜਾ 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 ਹੁਣ ਪਿਆ 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 ਤੂੰ ਬਚ ਗਿਆ ਭਰਾਵਾ ਵਧੀਆ ਹੀ ਆ ਠੰਡ ਬਹੁਤ ਆ ਬਾਹਰ ਤੂੰ ਜਾ ਇਹ ਚੈਲੰਜ ਵਾਲਾ ਜਾਂ ਸਹੀ ਕਰ ਸਕਦੇ ਆ ਰਫਤਾਰ ਆ ਇਹਨਾਂ ਬਸ ਸਾਲਾ ਸਾਲਾ ਲੈ ਕੇ ਸੌਣ ਲੱਗਾ ਉਹਦੇ ਚੱਲ ਜਾ ਹੁਣ ਕੋਈ ਫਾਇਦਾ ਨਹੀਂ ਬਾਏ ਚਲੋ ਹੁਣ ਸੋਈਏ ਤੇ ਸਵੇਰੇ ਉੱਠਦੇ ਆ ਹਾਂਜੀ ਸਵੇਰੇ ਮਿਲਦੇ ਆ ਪੱਗ ਮੈਂ ਲਾ ਨਹੀਂ ਸਕਦਾ ਫਿਰ ਟੋਪੀ ਫੜ ਲੈਂਦਾ ਨਾ ਤੂੰ ਹਾਂ ਟੋਪੀ ਫੜ ਕੇ ਗਈ ਤਾਂ ਫਿਰ ਮਿਲਦਾ ਗਈ ਤਾਂ ਹੁਣ ਆਲਮੋਸਟ ਵੱਜ ਚੁੱਕੇ ਆ 5 ਤੇ ਹੁਣ ਲੇਟ ਕਿੱਥੋਂ ਜਗਣੀ ਹੁਣ ਇਹਦੇ ਘਰੋਂ ਫੋਨ ਆਈ ਜਾਂਦੇ ਆ ਮੋਇਆ ਦੀ ਉਹਦੇ ਘਰੋਂ ਅਸੀਂ ਭੁੱਲ ਗਏ ਸੀਗੇ ਕਹਿੰਦੇ ਘਰ ਦੇ ਇਕੱਲੇ ਆ ਘਰੇ ਮੰਮਾ ਅਤੇ ਪਤਾ ਨਹੀਂ ਕਿਹੜਾ ਕਹਿ ਰਿਹਾ ਕਿ ਇਹਨੂੰ ਬੁਲਾ ਇੱਥੇ ਰਾਤ 5 ਦੁੱਧ ਦੀ ਛੇਤੀ ਆਇਆ ਇਹਨਾਂ ਦਾ ਹੋਵੇ ਉੱਠ ਹੋ ਲੈਂਦੇ ਵੀਡੀਓ ਬਣਦੀ ਆ ਮੇਰੇ ਘਰੋਂ ਫੋਨ ਆਈ ਜਾਂਦੇ ਆ ਹੈਂ ਮੇਰੇ ਘਰੋਂ ਫੋਨ ਆਈ ਜਾਂਦੇ ਆ ਮੰਮੀ ਦੇ ਮੰਮੀ ਦਾ ਆਇਆ ਜਾਣਾ ਪੈਣਾ ਲੋਕ ਯਾਰ ਲੱਗਾ ਕਿ ਨਹੀਂ ਲੱਗਾ ਜਾਣਾ ਪੈਣਾ ਦੁੱਧ ਹੀ ਆਇਆ ਹੋਇਆ ਤੜਕੀ ਆ ਜਾਂਦਾ 4-5 ਹਾਂ ਦੁੱਧ
ਦੁੱਧ 4-5 ਵਜੇ ਆ ਜਾਂਦਾ ਗਾਈਸ ਜਣਾ ਬਣਾ ਤੈਨੂੰ ਨੀਂਦ ਆਈ ਜਾਂਦੀ ਹੈ ਕੋਈ ਨਾ ਸਵੇਰੇ ਕਰ ਲਈ ਸੋ ਦੀ ਜਾ ਕੇ ਘਰੇ ਸੋ ਜਾ ਕੇ ਸੋ ਛੱਡਿਆ ਹੀ ਘਰੇ ਸਾਡੇ ਉਹਨਾਂ ਦੇ ਸਕੂਟਰੀ 'ਤੇ ਨਹੀਂ ਮੈਂ ਉਹ ਭੁੱਲ ਗਿਆ ਜੀ ਘਰੋਂ ਛੇਤੀ ਫੋਨ ਆਉਣ ਲੱਗ ਜਾਂਦੇ ਨਾ ਦੁੱਧ ਹੀ ਛੇਤੀ ਆ ਜਾਂਦਾ ਤੇ ਘਰੇ ਕੋਈ ਹੁੰਦਾ ਵੀ ਨੀ ਉਹਦੇ ਕਰਕੇ ਫਿਰ ਜਾਣਾ ਪੈਂਦਾ ਸਾਡੇ ਕੋਲ ਕਦੇ ਵੀ ਨੀ ਰਹਿੰਦਾ ਇਹ ਅੱਜ ਪਤਾ ਨੀ ਕਿਵੇਂ ਮੰਨਿਆ ਹੋਇਆ ਕੋਈ ਨੀ ਤੈਨੂੰ ਹੁਣ ਜਾਣਾ ਪੈਣਾ ਹੁਣ ਮੁਕਾਬਲਾ ਮੇਰੇ ਤੇ ਬੁੱਟਰ 'ਤੇ ਰਹਿ ਜਾਣਾ ਇਸ ਤੋਂ ਬਾਅਦ ਟਾ 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 ਮੇਰੇ ਬੂਟ ਕਿੱਥੇ ਅੰਦਰ ਪਏ ਆ ਸਤਾਰਾ ਹੀ ਸੁੱਤਾ ਤੂੰ ਚੱਲ ਜਾ ਤੇ ਉਹਨੂੰ ਹਾਲਾ ਮੈਂ ਰਾਹ ਜਿਹੜੇ ਕੋਈ ਨਾ ਮੈਂ ਛੱਡ ਕੇ ਆਉਂਦਾ ਉਹ ਨਹੀਂ ਤੇਰੀ ਭੈਣ ਅੰਦੀ ਤੇ ਕੀ ਕੁਝ ਬੋਲੀ ਜਾਂਦਾ ਤੈਨੂੰ ਮੈਂ ਛੱਡ ਕੇ ਆਉਂਦਾ ਰਫਤਾਰ ਛੱਡ ਕੇ ਆਇਆ ਨੂੰ ਜਾਵੜਾ 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 ਉਹ ਛੱਡਿਆ ਰਫਤਾਰ ਹੁਣ ਵੱਜ ਚੁੱਕਿਆ ਸਵੇਰ ਦੇ 10 ਤੇ ਮੈਨੂੰ ਬਹੁਤ ਜ਼ਿਆਦਾ ਜ਼ੁਕਾਮ ਹੋ ਚੁੱਕਿਆ ਜ਼ੁਕਾਮ ਖੰਘ ਗਲਾ ਗਰ ਸਾਰਾ ਕੁਛ ਹੀ ਹੋਇਆ ਪਿਆ ਅਤੇ ਰਾਤ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿਹੜੇ ਵੇਲੇ ਉੱਠ ਕੇ ਇੱਥੇ ਆ ਗਿਆ ਮੈਨੂੰ ਇਹ ਵੀ ਨਹੀਂ ਪਤਾ ਮੈਂ ਮਤਲਬ ਮੈਨੂੰ ਯਾਦ ਹੀ ਨਹੀਂ ਆ ਰਿਹਾ ਵੀ ਮੈਂ ਕਦੋਂ ਉੱਥੋਂ ਉੱਠ ਕੇ ਇੱਥੇ ਆ ਗਿਆ ਕਿਉਂਕਿ ਠੰਡ ਠੁੰਡ ਲੱਗੀ ਹੋਣੀ ਆ ਮੂੰਹ ਚੱਕ ਕੇ ਮੈਂ ਆ ਗਿਆ ਭੁੱਲ ਭੁੱਲ ਗਿਆ ਚੈਲੇਂਜ ਚੂਲੇਂ 'ਚ ਤੂੰ ਥੋੜ੍ਹੀ ਜਿੱਤਿਆ ਤੂੰ ਤਾਂ ਉੱਠ ਕੇ ਅੰਦਰ ਆ ਗਿਆ ਮੈਂ ਜਿੱਤਿਆ ਅਤੇ ਤੂੰ ਰਾਤ ਨੂੰ ਉਹ ਨਹੀਂ ਆਇਆ ਹੋਏਗਾ ਰਾਤ ਨੂੰ ਬਾਥਰੂਮ ਵਿੱਚ ਰਾਤ ਨੂੰ ਬਾਥਰੂਮ ਬੁਥਰੂਮ ਕਰਨੀ ਆਇਆ ਮੇਰੇ ਕੋਲ ਮਜ਼ਾਕ ਨਹੀਂ ਦੱਸ ਰਾਤ ਨੂੰ ਬਾਥਰੂਮ ਕਰਨੀ ਆਇਆ ਫਿਰ ਤੂੰ ਹਾਰਿਆ ਕਹਿ ਦੇ ਅਨੁਸਾਰ ਇਹ ਪਹਿਲਾਂ ਆ ਗਿਆ ਅਤੇ ਮੈਂ ਬਾਅਦ 'ਚੋਂ ਆਇਆ ਵਾਂ ਤਾਂ ਮੈਂ ਜਿੱਤ ਗਿਆ ਅਤੇ ਇਹਦੇ ਘਰਦੇ ਨੂੰ ਫੋਨ ਲਾਈ ਜਾਂਦੇ ਆ ਅਤੇ ਇਹ ਪੱਗ ਬੰਨ੍ਹ ਕੇ ਹੁਣ ਚੱਲਿਆ ਪੰਜ ਦਿਨ ਹੋ ਗਏ ਇਹਨੂੰ ਇੱਥੇ ਹੀ ਆ ਚੈਲੰਜ ਆ ਸੀਗਾ ਉਹਦੇ ਕਰਕੇ ਮੈਂ ਕਿਹਾ ਚਲੋ ਕਰ ਲੈਂਦੇ ਹਾਂ ਬਾਕੀ ਵੀ ਸਾਰੇ ਭੱਜ ਭੁੱਜ ਗਏ ਤਾਂ ਮੈਂ ਜਿੱਤ ਗਿਆ 1,00,000 ਰੁਪਇਆ ਜੋ ਕਿ ਗੱਲਾਂ ਗੱਲਾਂ 'ਚ ਸੀ ਉਹਦਾ ਖਾਧੀ ਹਾਂ ਖਾਧੀ ਪੀਤੀ 'ਚ ਕਹਿ ਤਾ ਸੀ ਉਹਨੇ ਗਲਤੀ ਮਲਤੀ ਨਾਲ ਤਾਂ ਇਸ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸੋ ਲਾਈਕ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਵੀਡੀਓ ਹੋਰ ਦੇਖਣ ਲਈ ਮੈਂ ਮਿਲਦਾ ਨੈਕਸਟ ਵਲੋਗ ਵਿੱਚ ਟਿਲ ਦੈਨ ਪੀਸ ਆਊਟ ਅਤੇ ਯਾਰ ਤੁਸੀਂ ਕੋਈ ਇੱਦਾਂ ਚੈਲੰਜ ਨਾ ਕਰਿਓ ਜ਼ੁਕਾਮ ਹੋਇਆ ਪਿਆ ਬੁਰਾ ਹਾਲ ਆ